ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਕੀ ਹਾਲ ਚਾਲ? ਸਾਰੇ ਠੀਕ ਠਾਕ ਹੋ? ਉਮੀਦ ਕਰਦੇ ਹਾਂ ਸਾਰੇ ਠੀਕ ਹੋ ਗਏ ਅਤੇ ਆਪਾਂ ਵੀ ਠੀਕ ਠਾਕ ਹਾਂ। ਤਿੰਨ ਦਿਨ ਮੈਂ ਪੂਰੇ ਹੋ ਗਏ ਹਾਂ 24 ਘੰਟੇ। ਕੱਲ੍ਹ 7 ਵਜੇ ਉਠਾਇਆ ਸੀ, ਕੱਲ੍ਹ 7 ਵਜੇ ਬੈੱਡ ਤੋਂ ਉਠਾਇਆ ਸੀ, ਅੱਜ 7 ਵਜੇ ਨੂੰ ਸੀਟ ਤੋਂ ਉਠਾਇਆ। ਰਾਤ ਦਾ ਮੁੰਡਾ ਬੈਠਿਆ ਅਤੇ ਮੈਂ ਕਿਹਾ ਜੀ ਇਹਨੂੰ ਚੱਲ ਕੱਲ੍ਹ ਅੱਜ ਵਾਲੀ ਰਾਤ ਮੈਂ ਲਾਵਾਂ, ਪਰ ਪੂਰੀ ਨਹੀਂ, ਅੱਧੀ ਰਾਤੀ ਇਹਨੂੰ ਉਠਾ ਦਾਂਗੇ ਜਿੱਥੇ ਆਪਾਂ ਨੂੰ ਨੀਂਦ ਆਈ, ਜਿੱਥੇ ਨੀਂਦ ਆਈ ਉੱਥੇ ਉਠਾਵਾਂਗੇ। ਪਹਿਲੇ ਪਰੇਸ਼ਾਨ ਨਹੀਂ ਕਰਨਾ, ਜਿੱਥੇ ਵੀ ਆਪਾਂ ਨੂੰ ਲੱਗਿਆ ਬਈ ਹਾਂ ਹੁਣ ਆਪਣੇ ਹੱਥ ਖੜੇ ਨੇ ਅਤੇ ਉੱਥੇ ਭਿੰਦਰ ਨੂੰ ਚੜ੍ਹਾ ਦਾਂਗੇ ਮੋਰਚੇ ਦੇ। ਅਤੇ ਪਹੁੰਚ ਗਏ ਆਪਾਂ ਭੀਲਵਾੜੇ ਦੇ ਕੋਲ, ਭੀਲਵਾੜੇ ਦਾ ਪਿੱਛੇ ਹਾਂ ਥੋੜ੍ਹੀ ਅਤੇ ਜਾਣਾ ਅੱਜ ਆਪਾਂ ਜੈਪੁਰ ਹੋ ਗਏ, ਜਿੱਥੋਂ ਕਿ ਆਪਾਂ ਕਦੀ ਗਏ ਨਹੀਂ ਪਹਿਲੇ। ਜੈਪੁਰ ਹੋ ਗਏ ਮਤਲਬ ਵੈਸੇ ਜੈਪੁਰ ਬਹੁਤ ਗਏ ਹਾਂ, ਪਰ ਜੈਪੁਰ ਹੋ ਕੇ ਨਹੀਂ ਗਏ ਆਪਾਂ ਕਿਸ਼ਨਗੜ੍ਹ ਤੋਂ। ਸਤਨਾਮ ਵਾਹਿਗੁਰੂ ਸੱਚੇ ਪਾਤਸ਼ਾਹ, ਮਿਹਰ ਕਰੀ ਸਾਰਿਆਂ ਦੇ, ਥੋੜ੍ਹਾ ਖਿਆਲ ਸਾਡੇ ਵੱਲ ਵੀ ਕਰ ਲਈ। ਗੁੱਡ ਨਾਈਟ, ਸ਼ੁਭਰਾਤਰੀ, ਸੋਈਏ, ਸ਼ੀਸ਼ਾ ਚੜਾ ਦੀਜੀਏ ਅਦਰ ਵਾਲਾ, ਨਹੀਂ ਫਿਰ ਕੂਲਿੰਗ ਨਹੀਂ ਨਾ ਕਰੇਗਾ ਕੂਲਰ। ਚਲੋ ਮਿਲਦੇ ਹਾਂ ਆਪਾਂ ਚੱਲ ਕੇ ਅੱਗੇ, ਅੱਜ ਵਾਲਾ ਵਲੋਗ ਰਾਤ ਦਾ, ਦਿਨੇ ਆਪਣਾ ਮੂਡ ਨਹੀਂ ਕੀਤਾ। ਐ ਨਹੀਂ ਕਿ ਬਈ ਮੈਂ ਦਿਨੇ ਸੁੱਤਾ, ਪਰ ਬੈਠਾ ਹੀ ਹਾਂ, ਘੰਟਾ ਕੁ ਸੁੱਤਾ ਵੀ ਹੈਗਾ ਮੈਂ, ਐਸੀ ਗੱਲ ਨਹੀਂ, ਪਰ ਆ ਬੰਦੇ ਨੇ ਮੈਨੂੰ ਸੌਣ ਨਹੀਂ ਦਿੱਤਾ, ਬਾਰਡਰ ਤੇ ਆ ਗਏ ਨੇ ਮੈਨੂੰ ਉਠਾ ਦਿੱਤਾ। ਉਹ ਦੇਖੀਏ ਕਿਆ ਕਹਿ ਰਹੇ ਆ ਉਹ, ਫਿਰ ਮੈਨੂੰ ਉੱਠਣਾ ਪਿਆ ਮੈਂ ਜਾ ਯਾਰ। ਚਲੋ ਕੋਈ ਗੱਲ ਨਹੀਂ, ਚੱਲਦੇ ਹਾਂ ਆਪਾਂ ਹੌਲੀ ਹੌਲੀ ਸਫ਼ਰ ਕਰਦੇ ਹਾਂ ਕੰਟੀਨਿਊ। ਲੋ ਜੀ ਟਾਈਮ ਹੋ ਗਿਆ 2:56 ਅਤੇ ਆਪਾਂ ਆ ਗਏ ਹਾਂ ਇੱਥੇ ਕੋਟਪੁਤਲੀ ਦੇ ਪਿੱਛੇ, ਰੋਟੀ ਖਾ ਕੇ ਹੁਣ ਲੱਗੇ ਹਾਂ ਤੁਰਨ। ਉੱਥੋਂ ਚੱਲ ਗਏ ਆਪਾਂ ਸਿੱਧਾ, ਇੱਥੇ ਹੀ ਆ ਕੇ ਰੁਕੇ ਸੀ, ਕਿੰਨੇ ਕਿਲੋਮੀਟਰ ਬਾਅਦ ਰੁਕੇ ਹਾਂ ਹੁਣ ਤੁਹਾਨੂੰ ਮੈਂ ਦੱਸਦਾ। ਕਿਹਦੀਆਂ ਲਾਈਟਾਂ ਪਤਾ ਨਹੀਂ ਕਿਉਂ ਨਹੀਂ ਜਗਦੀਆਂ ਪਈਆਂ, ਟੁੱਟ ਗਿਆ ਵਾ। ਸਵੇਰੇ ਕਰਦੇ ਹਾਂ ਉਹਨੂੰ ਸੈੱਟ, ਭਾਈ ਆ ਗਏ ਸਵੇਰੇ 4 ਵਜੇ
ਰਾਦੇ ਭਾਜੀ ਗੱਡੀ ਵੀ ਖੜਿਆ ਹੈ ਬਿਲਕੁਲ ਤੇ ਉਹ ਖੜੀ ਭਾਜੀ ਦੀ ਗੱਡੀ ਐਂਬੂਲੈਂਸ ਜਾਣੀ ਹੋਸਪਿਟਲ ਹੈ ਐਂਬੂਲੈਂਸ ਚ ਮੈਂ ਭਾਜੀ ਵਾਲੀ ਚ ਬੈਠਿਆ ਜ਼ਿੰਦਗੀ ਚ ਪਹਿਲੀ ਵਾਰ ਬੈਠਿਆ ਸੀ ਐਂਬੂਲੈਂਸ ਚ ਵੀ गुड मॉर्निंग जी सारों ते टाइम हो गया 10:57 ते अपना हैप्पी बर्थडे की पार्टी आप देती इन्हों हैप्पी बर्थडे की पार्टी देती है मैं बैठा सूरजा साला ऐ खड़ी है 401-5497 अंबाले आ गए भी नहीं साल ने छड़िया ਬਾਲਾ ਰਹਿ ਗਿਆ ਆਪਣੇ ਇੱਥੋਂ ਕੋਈ 14-15 ਕਿਲੋਮੀਟਰ ਧਿੰਦਰ ਚਲਾ ਰਿਹਾ ਗੱਡੀ ਆਪਾਂ ਸਵੇਰੇ ਫੜਾ ਤੀ ਉਹਨੂੰ ਜਿੱਥੇ ਉਹ ਬਾਈ ਮਿਲਿਆ ਸੀ ਪ੍ਰੀਤ ਅਤੇ ਹੁਣ ਚੱਲਦੇ ਹਾਂ ਨਹਾਉਂਦੇ ਹਾਂ ਪਹਿਲੇ ਹੋਟਲ 'ਤੇ ਮਿਲਦੇ ਹਾਂ ਤੁਹਾਨੂੰ ਚੱਲ ਗਏ ਘਰ ਲੋ ਬਈ ਘਰ ਆ ਗਏ ਹਾਂ ਨਹਾ ਧੋ ਕੇ ਅਤੇ ਇਹਨਾਂ ਨੇ ਅੱਖਾਂ 'ਤੇ ਪੱਟੀ ਬੰਨਤੀ ਹੈ ਮੇਰੀ ਅਤੇ ਪਤਾ ਨਹੀਂ ਦੂਜੇ ਕਮਰੇ 'ਚ ਇਹਨੇ ਕੀ ਕੀਤਾ ਕੀ ਨਹੀਂ ਕੀਤਾ ਮੈਨੂੰ ਕਹਿੰਦਾ ਖੋਲਣੀ ਨਹੀਂ ਅਤੇ ਮੈਂ ਜਾ ਕੇ ਪਹਿਲੇ ਤੁਹਾਨੂੰ ਦਿਖਾਉਣਾ ਮੈਨੂੰ ਬਾਅਦ 'ਚ ਦਿਖਣਾ ਕੀ ਕੀਤਾ ਮੈਂ ਕੀ ਨਹੀਂ ਕੀਤਾ ਚੱਲੀਏ ਹੁਣ ਮੰਮਾ ਚੱਲੇ पापा के पास बैठ गया आप इसको पकड़ के रखो इसके ना गंजे या इसको नहीं उतार दो इतने मासा बड़ी बढ़िया ने भाई हैप्पी बर्थडे टू यू Happy birthday, dear Papa. Happy birthday to you. कटवा ले ऐसे रुक जो चल चल रही है ना पापा को खिलाते हैं बेटा पहले चम्मच बोरा स्पून से पापा को खिला कोई बात नहीं आप उसको खिलाओ मेरे पापा को क्रीम खिलाई हैप्पी बर्थडे लैरिस को भी खिलाओ चम्मच से खिला दो थोड़ा मम्मा इनको मीठा दिख रहा है लैरिस लो लैरिस बोलो कैसा लगा आपको एकम का गिफ्ट बहुत अच्छा ये लो करो इसको बंद मेरे हाथ में अच्छा लो जी टाइम हो गया 19:07:19 ते नाल अपने आ गया जेड़ा बंदा तुहानू ने पता लग जाएगा बाय तो ही सोनी लई जानी बंदे ਹਾਸੀਆਂ ਦਾ ਵੀ ਪਤਾ ਲੱਗ ਜਾਣਾ ਵੀਰੋ ਤੇ ਆਪਾਂ ਪਹੁੰਚ ਗਏ ਆ ਇੱਥੇ ਲੁਧਿਆਣੇ ਤੋਂ 23 ਕਿਲੋਮੀਟਰ ਪਿੱਛੇ ਦਰਾਹਾ ਪਾਰ ਕਰਕੇ ਜਾ ਰਿਹਾ ਸੀ ਜੰਮੂ ਤੇ ਬੰਦਾ ਬੁਲਾ ਲਿਆ ਸੀ ਵਾਪਸ ਹੈਲੋ ਐਵਰੀਵਨ ਕੀ ਹਾਲ ਚਾਲ ਹੈ ਠੀਕ ਠਾਕ ਨੇ
खलोती मेरे वीरो। मैं पहले ही इन्हू मना कर रहा ही, मैं रहन दे ना जा ना जा, पर इन्हें ही स्वाद लेना ही। तू दवाना सी स्वाद, तू स्वाद दवाया मनु, तू जा चले जा। चलो देड़ दांगे पक्षियां।
ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕਿੱਦਾਂ ਕੀ ਹਾਲ ਚਾਲ ਸਾਰੇ ਠੀਕ ਠਾਕ ਅਤੇ ਜਿੱਦਾਂ ਤੁਸੀਂ ਦੇਖਿਆ ਆਪਾਂ ਨੂੰ ਦੋ ਤਿੰਨ ਦਿਨ ਹੋ ਗਿਆ ਵਲੋਗ ਚੱਲਦਾ ਪਿਆ ਆਪਣਾ ਅਤੇ ਅਸੀਂ ਪਹੁੰਚ ਗਏ ਹਾਂ ਕਾਨਵਾਈ ਦੇ ਵਿੱਚ ਅਤੇ ਪਹੁੰਚੇ ਹਾਂ ਕਿੱਥੇ ਤੁਹਾਨੂੰ ਦਿਖਾਉਂਦੇ ਹਾਂ ਤੁਸੀਂ ਬੰਦੇ ਨੂੰ ਪਹੁੰਚਾਉਣਾ ਇੱਧਰ ਆ ਖੁਰਪੀ ਬੰਦਾ ਪਹੁੰਚਾਉਣਾ ਤੁਸੀਂ ਕੌਣ ਹੈ ਅਤੇ ਕਿਹਦੇ ਨਾਲ ਹੈ ਬਾਈ ਦਾ ਮੈਸੇਜ ਆ ਹੀ ਕਹਿੰਦਾ ਕੱਛੇ ਦੇ ਪਰੇ ਕਰ ਲਿਆ ਕਰੋ ਲੋ ਜੀ ਪਛਾਣੋ ਕੌਣ ਹੈ ਕੌਣ ਬਾਈ ਆਪ ਕਿਆ ਨਾਮ ਹੈ ਆਪਕਾ ਮੁਸਤਫਾ ਖਾਨ ਜ਼ੋਰ ਸੇ ਬੋਲੋ ਮੁਸਤਫਾ ਖਾਨ ਹੋਰ ਕੋਈ ਆਪਣੇ ਬਾਰੇ ਮੈਂ ਬਾਈ ਜੀ ਕੁਛ ਨਹੀਂ ਕਿਆ ਬਾਰੇ ਬੋਲੋ ਬਸ ਲਾਈਕ ਸਬਸਕ੍ਰਾਈਬ ਕਰੋ ਸਪੋਰਟ ਕਰੋ ਜਲਦੀ ਸੇ ਜਲਦੀ ਫੈਲਾ ਦੋ ਮੇਰੇ ਕੋ ਫੈਲਾ ਦੋ ਜਿਹਨੂੰ ਬਾਈ ਕੋ ਫੈਲਾ ਦੋ ਹਮਕੋ ਸ਼ੇਅਰ ਕਰ ਦੋ ਹਰ ਬੰਦਾ ਪਛਾਣਨਾ ਚਾਹੀਏ ਹਾਂ ਬਸ ਹੋਰ ਕਿਆ ਬੋਲਣਾ ਚਾਹਤੇ ਕਿਸ ਕੇ ਸਾਥ ਹੋ ਆਪ ਮੈਂ ਰਾਜਾ ਬਾਈ ਕੇ ਸਾਥ ਰਾਜਾ ਰਮੀਜ ਬਾਈ ਦੇ ਨਾਲ ਤੁਸੀਂ ਰਾਜਾ ਬਾਈ ਵਾਲੇ ਵਲੋਗ ਚ ਦੇਖਿਆ ਨਾ ਉਹਨਕੋ ਵੀ ਜਾ ਕੇ ਲਾਈਕ ਸਬਸਕ੍ਰਾਈਬ ਜ਼ਰੂਰ ਕਰੋ ਹਾਂਜੀ ਬਾਈ ਛੇਤੀ ਛੇਤੀ ਰਾਜਾ ਬਾਈ ਦਾ 1,00,000 ਸਬਸਕ੍ਰਾਈਬਰ ਹੋ ਗਿਆ ਜਿੱਦਣ ਆਪਾਂ ਨੂੰ ਮਿਲਿਆ ਸੀ ਉਦੋਂ 50,000 ਸੀ ਤੇ ਛੇਤੀ ਤੋਂ ਛੇਤੀ ਬਾਈ ਦੇ 2,00,000 ਕਰ ਦਿਓ ਤੇ ਇੱਕ ਹੋਰ ਆ ਜੇ ਬਾਈ ਦਾ ਤੇ ਬਾਈ ਗੱਡੀ ਚਲਾਉਂਦਾ ਫੁੱਲ ਛੋਟੀ ਮੋਟੀ ਗੱਲ ਨਹੀਂ ਤੁਸੀਂ ਉਮਰ ਤੇ ਨਾ ਜਾਇਓ ਬੰਦੇ ਦੀ ਕਿਆ ਨਹੀਂ ਗੱਡੀ ਫੁੱਲ ਚਲਾਉਂਦਾ ਘੋੜੇ ਤੇ ਰਿਹਾ ਮੁੰਡਾ ਜੀ ਹਾਂ 18 ਟਾਰੀ ਤੇ 22 ਟਾਰੀ ਦੋ ਚਲਾ ਪਹਿਲਾ ਬਾਈ ਚਲਾਇਆ ਦਾ ਫਿਰ 28 ਚਲਾਇਆ ਬਾਈ 14 ਸੀ 18 ਮਾਡਲ ਉਹ ਜੀ ਜਿਹੜਾ ਸੀ ਉਹ 22 ਮਾਡਲ ਸੀ ਨਵਾਂ ਜਿਹੜਾ ਹੈ 18 ਉਹਨਾਂ ਉਸਤਾਦ ਕਿੱਥੇ ਦਾ ਸੀ ਉਸਤਾਦ ਜੰਮੂ ਦਾ ਜੰਮੂ ਦਾ ਸੀ ਉਹ ਵੀ ਪਹਿਲੀ ਵਾਰ ਚਲਾਉਂਦਾ ਬਾਈ ਅੱਛਾ ਤੂੰ ਬੈਕ ਕਰ ਲੈਣਾ ਖੁੱਲੀ ਦਿੱਤੀ ਹੈ ਗੱਡੀ ਮੇ ਤੂੰ ਬੈਕ ਕਰ ਲੈਣਾ ਉਹ ਮੁੰਡਾ ਉਸਕਾ ਉਲਟਾ ਕੱਟ ਹੁੰਦਾ ਹੈ ਹਾਂ ਅੰਦਾਜ਼ਾ ਉਸਕਾ ਮਤਲਬ ਬਹੁਤ ਉਹ ਹੈ ਸਮਝਦੇ ਜ਼ਿਆਦਾ ਲੋਡ ਗਾੜੀ ਕਾਟੋ ਤਾਂ ਗੱਡੀ ਗਾੜੀ ਪਲਟ ਵੀ ਸਕਦੀ ਹੈ ਖੱਡੇ ਉੱਚੀ ਨੀਵੇਂ ਮੇ ਚਲੀ ਜਾਂਦੀ ਹੈ ਇਸ ਲਈ ਉਸਕੋ ਬਚਾ ਕੇ ਕੱਟਣਾ ਪੜਤਾ ਹੈ ਭਾਈ ਬਿਲਕੁਲ ਸਹੀ ਬਹੁਤ ਹੀ ਗਾੜੀ ਸਾਨਾ ਕੋਈ ਬੋ ਨਹੀਂ ਚਲਾਉਣਾ ਤਾਂ ਆਸਾਨ ਹੈ ਪਰ ਜਦ ਆਗੇ ਸੇ ਕੋਈ ਗਾੜੀ ਆਤਾ ਹੈ ਜਦ ਨਿਕਾਲਣਾ ਪੜਤਾ ਹੈ ਤਬ ਬੰਦੇ ਕੇ ਆਗ ਨੂੰ ਸੋਚਣਾ ਥੋੜਾ ਵਾਂ ਪੇ ਜੈਸਾ ਹੈ ਨਿਕਾਲ ਦੋ ਬਿਲਕੁਲ ਸਹੀ ਗੱਲ ਹੈ ਛੋਟੂ ਜੀ ਤੇ ਜਿੰਨੇ ਜਿੰਨੇ ਬਾਈਆਂ ਨੇ ਹੈਪੀ ਬਰਥਡੇ ਵਿਸ਼ ਕੀਤੀ ਦਿਲੋਂ ਧੰਨਵਾਦ ਸਾਰਿਆਂ ਦਾ 11 ਤਾਰੀਖ ਮੇਰਾ ਬਰਥਡੇ ਤੁਹਾਨੂੰ ਕੀ ਨਹੀਂ ਜੀ ਬਰਥਡੇ ਬਾਈ ਥੈਂਕ ਯੂ ਕਿੰਨੇ ਮਿਲੀਅਨ ਹੋ ਗਏ ਦਾ ਮੰਨੂ ਨੂੰ ਕਿੰਨੂ ਉਹ ਜਿਹੜੀ ਵੀਡੀਓ ਬਣਾਈ ਸੀ ਤਾਂ ਉਹਦੇ ਤੇ 23-24 ਮਿਲੀਅਨ ਹੋਏ ਨੇ ਹੈ 23-24 ਮਿਲੀਅਨ ਹੋਏ ਨੇ 24 ਤੇ ਮਿਲਦੇ ਹਾਂ ਤੁਹਾਨੂੰ ਮਿਲਵਾਵਾਂਗੇ ਰਾਜਾ ਬਾਈ ਨਾਲ ਵੀ ਰਾਜਾ ਬਾਈ ਕੱਲ੍ਹ ਦਾ ਆਪਣੇ ਨਾਲ ਹੀ ਆ ਅਤੇ ਛੋਟੂ ਵੀ ਨਾਲ ਹੀ ਆ ਰਾਤੀ ਆਪਾਂ ਲੈ ਕੇ ਸੀ ਗੱਡੀ ਅੱਗੇ ਪੰਗੂ ਵਾਲੇ ਬਲੋਗ 'ਚ ਦੇਖ ਲਿਓ ਤੁਸੀਂ ਹਿੰਦੀ ਵਾਲੇ 'ਚ ਅਤੇ ਸਵੇਰੇ ਗੱਡੀ ਆਪਾਂ ਫਿਰ ਵਾਪਸ ਲੈ ਆਏ ਮੋਦੀ ਗਰਾਊਂਡ 'ਚ ਲੈ ਗਏ ਸੀ ਅੰਦਰ ਅਤੇ ਹੁਣ ਮਿਲਦੇ ਹਾਂ ਤੁਹਾਨੂੰ ਬਾਅਦ 'ਚ ਤਦ ਤੱਕ ਬਾਏ ਬਾਏ ਟਾਟਾ